ਕੇਂਦਰੀ ਗ੍ਰੈਸ ਖਤਰ ਗੋਵਿੰਦ ਮੋਹਨ ਅਤੇ ਸਿਹਤ ਸਕੱਤਰ ਆਪੁਰਵ ਚੰ드ਰਾ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨਾਲ ਡਾਕਟਰਾਂ ਅਤੇ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਫੌਰੀ ਕਦਮਾਂ ਬਾਰੇ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਗ੍ਰੈਸ ਖਤਰ ਨੇ ਅਧਿਕਾਰੀਆਂ ਨੂੰ ਘੱਟ ਰੋਸ਼ਨੀ ਵਾਲੇ ਖੇਤਰਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਸਥਾਪਨਾ ਸਿਹਤ ਸੰਭਾਲ ਕਰਮਚਾਰੀਆਂ ਲਈ 112 ਹੈਲਪਲਾਈਨ ਨਾਲ ਏਕੀਕਰਨ ਵੱਡੇ ਹਸਪਤਾਲਾਂ ਤੱਕ ਆਸਾਨ ਪਹੁੰਚ ਹਸਪਤਾਲਾਂ ਵਿੱਚ ਭਾਰਤੀ ਨਿਆਂਿਕ ਸਹਿਯਤਾ ਦੇ ਤਹਿਤ ਸੋਧਿਤ ਸਥਿਤੀ ਨੂੰ ਸਾਂਝਾ ਕਰਨ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ